ਪਰ ਥਾਂ ਥਾਂ 'ਤੇ ਵਿਰੋਧ ਸਾਨੂੰ ਦੇਖਣ ਨੂੰ ਮਿਲ ਰਿਹਾ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਕਿਸਾਨ ਜਥੇਬੰਦੀਆਂ ਨੇ, ਕਿਸਾਨ ਹਿੱਤ ਲਈ ਪ੍ਰੇਰਿਤ ਨਹੀਂ ਹੈਗੀਆਂ, ਇਹ ਤਾਂ ਆਪਦੇ ਸਿਆਸੀ ਹਿੱਤਾਂ ਲਈ ਪ੍ਰੇਰਿਤ ਆ, ਉਹਦੀ ਪੂਰਤੀ ਕਰਦੇ ਆ। ਜਨਮਤ ਜਨਤਾ ਸਾਡੇ ਫੇਵਰ 'ਚ ਆਊਗੀ, ਕਿਉਂਕਿ ਜਿਹਦੇ 'ਤੇ ਜ਼ੁਲਮ ਕਰਦੇ ਹੋ ਨਾ ਤੁਸੀਂ, ਨਜਾਇਜ਼ ਕਰਦੇ ਹੋ, ਉਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦਾ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿਣਾ, ਅਤੇ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਨਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਤੁਸੀਂ ਦੇਖਣਾ ਕਿਸਾਨ ਹਟ ਜਾਣਗੇ ਇਹਨਾਂ ਤੋਂ, ਅਗਲੀ ਸਰਕਾਰ ਵੀ ਪੰਜਾਬ ਵਿਧਾਨ ਸਭਾ 'ਚ ਅਸੀਂ ਬਣਾਵਾਂਗੇ, ਜਿਹੜੀ ਆਉਣਾ ਟਾਈਮ 27 'ਚ, ਅਤੇ ਅਸੀਂ ਤਿਆਰੀ 'ਚ ਲੱਗ ਗਏ ਹਾਂ ਉਹਦੀ 'ਚ। ਅਸੀਂ ਇਹ ਚੁਣਾਵ ਨਹੀਂ ਲੜ ਰਹੇ, ਉਹ ਵੀ ਲੜ ਰਹੇ ਹਾਂ ਨਾਲ ਹੀ ਇਸ ਵੇਲੇ, ਅਤੇ ਅਸੀਂ ਕਹਿੰਦੇ ਸਾਡਾ ਵਿਰੋਧ ਕਰੋ ਜਿਨ੍ਹਾਂ ਨੇ ਕਰਨਾ, ਜਿਹੜੇ ਲੋਕਤੰਤਰ ਵਿਰੋਧੀ ਨੇ, ਦੇਸ਼ ਵਿਰੋਧੀ ਨੇ, ਉਹ ਸਾਡਾ ਵਿਰੋਧ ਕਰ ਸਕਦੇ ਆ। ਆਮ ਆਦਮੀ ਪਾਰਟੀ ਇੱਦਾਂ ਕਹਿੰਦੀ ਹੈ, ਕਹਿੰਦੇ BJP ਜਿਹੜੀ ਹੈ ਉਹ ਪੈਸੇ ਦੇ ਬਲ 'ਤੇ ਬੰਦੇ ਜਿਹੜੇ ਉਹ ਖਰੀਦਦੀ ਹੈ। ਪੈਸਾ ਸਾਨੂੰ ਕੇਜਰੀਵਾਲ ਜੀ ਦੇ ਕੇ ਜਾਂਦੇ ਆ, ਜਿਹੜਾ ਉਹ ਕੀਤਾ ਗਵਨ ਕੀਤਾ ਉਹਨਾਂ ਨੇ, ਹੈ ਜਾਂ ਭਗਵੰਤ ਮਾਨ ਦਿੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ TV। ਅੱਜ ਅਸੀਂ ਮੌਜੂਦ ਹੈ ਸੈਕਟਰ 37 ਦੇ ਵਿੱਚ, BJP ਦਫ਼ਤਰ ਦੇ ਵਿੱਚ, ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ BJP ਦਾ ਵਿਰੋਧ ਹੋ ਰਿਹਾ, ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਹਰਜੀਤ ਗਰੇਵਾਲ ਜੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਤੁਸੀਂ ਇੱਕ ਪਾਸੇ ਕਹਿੰਦੇ ਹੋ, ਕਹਿੰਦੇ BJP ਦਾ ਜਿਹੜਾ ਹੈ ਵਿਰੋਧ ਹੋ ਨਹੀਂ ਰਿਹਾ, ਪਰ ਥਾਂ ਥਾਂ 'ਤੇ ਵਿਰੋਧ ਸਾਨੂੰ ਦੇਖਣ ਨੂੰ ਮਿਲ ਰਿਹਾ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਦੇਖੋ, ਵਿਰੋਧ ਜਿਹੜਾ ਹੁੰਦਾ ਨਾ, ਉਹ ਸਿਧਾਂਤਿਕ ਹੋਣਾ ਚਾਹੀਦਾ। ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਆ, ਭਾਜਪਾ ਤਾਂ ਕੁਛ ਨਹੀਂ ਕਰ ਸਕਦੀ, ਆਮ ਆਦਮੀ ਵੀ ਨਹੀਂ ਕਰ ਸਕਦੀ। ਅਤੇ ਜਦੋਂ ਕੋਈ ਅਧਿਕਾਰ ਕਿਸੇ ਕੋਲ ਆ ਜੂ, ਨਵੀਂ ਸਰਕਾਰ ਬਣ ਜੂ, ਜੇ ਤੁਸੀਂ ਕਿਸਾਨ ਹਿੱਤ ਦੀ ਗੱਲ ਕਰਨੀ ਤਾਂ ਉਦੋਂ ਕਰੋ, ਐਵੇਂ ਕਿਸਾਨਾਂ ਨੂੰ ਪਰੇਸ਼ਾਨ ਕਰਨਾ? ਇਹ ਕਿਸਾਨ ਜਥੇਬੰਦੀਆਂ ਨੇ, ਕਿਸਾਨ ਹਿੱਤ ਲਈ ਪ੍ਰੇਰਿਤ ਨਹੀਂ ਹੈਗੀਆਂ, ਇਹ ਤਾਂ ਆਪਦੇ ਸਿਆਸੀ ਹਿੱਤਾਂ ਲਈ ਪ੍ਰੇਰਿਤ ਆ, ਉਹਦੀ ਪੂਰਤੀ ਕਰਦੇ ਆ। ਅਤੇ ਮੈਂ ਸਮਝਦਾ ਇਹ ਅੱਛੀ ਗੱਲ ਨਹੀਂ ਹੋ ਰਹੀ ਪੰਜਾਬ 'ਚ, ਔਰ ਅਸੀਂ ਤਾਂ ਉਹ ਸਾਡਾ ਵਿਰੋਧ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ, ਇਸ ਦਾ ਹੱਥ ਜੋੜਨੇ ਆ, ਠੀਕ ਹੈ, ਅਤੇ ਅਸੀਂ ਆਪਦਾ ਕੰਮ ਕਰਦੇ ਰਹਿਣਾ। ਆਖਰ ਤੁਸੀਂ ਦੇਖਣਾ ਕਿ ਜਨਮਤ ਜਿਹੜਾ ਉਹ ਸਾਡੇ ਨਾਲ ਆਊਗਾ, ਜਨਮਤ ਜਨਤਾ ਸਾਡੇ ਫੇਵਰ 'ਚ ਆਊਗੀ, ਕਿਉਂਕਿ ਜਿਹਦੇ 'ਤੇ ਜ਼ੁਲਮ ਕਰਦੇ ਹੋ ਨਾ ਤੁਸੀਂ, ਨਜਾਇਜ਼ ਕਰਦੇ ਹੋ, ਉਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦਾ, ਇਹ ਪੰਜਾਬੀਆਂ ਨੇ ਸਾਡੇ ਨਾਲ ਖੜ੍ਹੇ ਹੋਣਾ। ਇੱਕ ਲੱਖੋ ਕਿਸਾਨ ਲੀਡਰ ਲੱਖੋਵਾਲ ਦਾ ਵੀ ਬਿਆਨ ਆ ਰਿਹਾ ਕਿ ਅਸੀਂ ਜਿਹੜਾ ਅਕਾਲੀ ਦਲ ਦਾ ਜਿਹੜਾ ਉਹ ਸਪੋਰਟ ਕਰਦੇ ਹਾਂ। ਕੁਝ ਦਿਨ ਪਹਿਲੇ ਕਿਸਾਨ ਦਾ ਹੋਰ ਬਿਆਨ ਆਇਆ ਸੀਗਾ ਕਿ ਅਸੀਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਹਾਂ, ਅਤੇ ਉਹਨੂੰ ਤੁਸੀਂ ਕਿਸ ਤਰੀਕੇ ਸੇ? ਮੈਂ ਤਾਂ ਪਹਿਲਾਂ ਤੋਂ ਹੀ ਕਹਿਣਾ ਕਿ ਆਪਦੇ ਸਿਆਸੀ ਹਿੱਤਾਂ ਦੀ ਪੂਰਤੀ ਕਰਦੇ ਆ ਇਹ, ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿਣਾ, ਅਤੇ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਨਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਤੁਸੀਂ ਦੇਖਣਾ ਕਿਸਾਨ ਹਟ ਜਾਣਗੇ ਇਹਨਾਂ ਤੋਂ, ਇਹ ਸਾਡਾ ਵਿਰੋਧ ਕਰਦੇ ਰਹਿਣ, ਔਰ ਸਾਨੂੰ ਜਨਤਾ ਦਾ ਸਮਰਥਨ ਸਾਨੂੰ ਮਿਲਣਾ, ਔਰ ਪੰਜਾਬ ਦੇ ਅੰਦਰ ਦੇਖੋ ਅਗਲੀ ਸਰਕਾਰ ਵੀ ਪੰਜਾਬ ਵਿਧਾਨ ਸਭਾ 'ਚ ਅਸੀਂ ਬਣਾਵਾਂਗੇ, ਜਿਹੜੀ ਆਉਣਾ ਟਾਈਮ 27 'ਚ, ਅਤੇ ਅਸੀਂ ਤਿਆਰੀ 'ਚ ਲੱਗ ਗਏ ਹਾਂ ਉਹਦੀ 'ਚ। ਅਸੀਂ ਇਹ ਚੁਣਾਵ ਨਹੀਂ ਲੜ ਰਹੇ, ਉਹ ਵੀ ਲੜ ਰਹੇ ਹਾਂ ਨਾਲ ਹੀ ਇਸ ਵੇਲੇ, ਅਤੇ ਅਸੀਂ ਕਹਿੰਦੇ ਸਾਡਾ ਵਿਰੋਧ ਕਰੋ ਜਿਨ੍ਹਾਂ ਨੇ ਕਰਨਾ, ਜਿਹੜੇ ਲੋਕਤੰਤਰ ਵਿਰੋਧੀ ਨੇ, ਦੇਸ਼ ਵਿਰੋਧੀ ਨੇ, ਉਹ ਸਾਡਾ ਵਿਰੋਧ ਕਰ ਸਕਦੇ ਆ। ਜਿਹੜੇ ਲੋਕਤੰਤਰ ਦੇ ਹਿੱਤ 'ਚ ਨੇ, ਨਾਲ ਖੜ੍ਹੇ ਆ, ਉਹ ਕਿਉਂ ਕਰਨਗੇ? ਅੱਜ BJP ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਸ਼ਾਮਿਲ ਹੋਏ ਆ 9, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ 9 ਹੀ ਹੋਏ ਆ, ਹੋਰ ਵੀ ਹੋ ਜਾਣੇ ਆ। ਅਤੇ ਕਿਹੜੇ ਕਿਹੜੇ ਨਾਮ ਨੇ? ਸਵਾਗਤ ਆਉਣਗੇ ਜਿਹੜੇ ਸਾਡੇ ਲੀਡਰ ਨੂੰ, ਨਰਿੰਦਰ ਮੋਦੀ ਜੀ ਨੂੰ ਲੀਡਰ ਮੰਨ ਕੇ ਆਉਣ, ਉਹਨਾਂ ਦੀ ਲੀਡਰਸ਼ਿਪ ਨੂੰ ਮੰਨਣ, ਜਿਹੜੇ ਸਾਡੀ ਵਿਚਾਰਧਾਰਾ ਏਕਾਤਮ ਦਰਸ਼ਨ ਨੂੰ ਮੰਨਣ, ਅਸੀਂ ਬਿਲਕੁਲ ਉਹਨਾਂ ਨੂੰ ਵੈਲਕਮ ਕਰਦੇ ਹਾਂ, ਸਵਾਗਤ ਕਰਾਂਗੇ, ਸਤਿਕਾਰ ਸਨਮਾਨ ਵੀ ਦੇਵਾਂਗੇ। ਆਮ ਆਦਮੀ ਪਾਰਟੀ ਇੱਦਾਂ ਕਹਿੰਦੀ ਹੈ, ਕਹਿੰਦੇ BJP ਜਿਹੜੀ ਹੈ ਉਹ ਪੈਸੇ ਦੇ ਬਲ 'ਤੇ ਬੰਦੇ ਜਿਹੜੇ ਉਹ ਖਰੀਦਦੀ ਹੈ।
ਪੈਸਾ ਸਾਨੂੰ ਕੇਜਰੀਵਾਲ ਜੀ ਦੇ ਕੇ ਜਾਂਦੇ ਆ ਜਿਹੜਾ ਉਹ ਕੀਤਾ ਗਵਰਨ ਕੀਤਾ ਉਹਨਾਂ ਨੇ ਹੈ ਜਾਂ ਭਗਵੰਤ ਮਾਨ ਦਿੰਦਾ ਪੈਸਾ ਸਾਡੇ ਤਾਂ ਕਾਰਜਕਰਤਾ 100-100 ਰੁਪਈਆ ਇਕੱਠਾ ਕਰਦੇ ਨੇ ਉਹਦੇ ਨਾਲ ਪਾਰਟੀ ਚਲਾਉਂਦੇ ਆ ਸਾਨੂੰ ਸਾਡਾ ਕੋਈ ਪੈਸਾ ਪੂਸਾ ਨਹੀਂ ਹੈ। ਇੱਕ ਹਰਿਆਣਾ ਦੇ ਵਿੱਚ ਇੱਕ ਬੱਸ ਜਿਹੜੀ ਹੈ ਹੋਈ ਹੈ ਹੋਇਆ ਉਹਦੇ ਵਿੱਚ 9 ਬੱਚਿਆਂ ਦੀ ਜਿਹੜੀ ਮੌਤ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਬੜੀ ਮੰਦਭਾਗੀ ਘਟਨਾ ਨਹੀਂ ਹੋਣਾ ਚਾਹੀਦਾ ਉਹਦੀ ਜਾਂਚ ਵੀ ਕਰਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਐਸੀ ਦੁਰਘਟਨਾ ਨਾ ਵਾਪਰੇ ਉਹਦੇ ਲਈ ਇਹਨਾਂ ਨੂੰ ਸੇਫਟੀ ਮੇਜਰਸ ਵੀ ਲੈਣੇ ਚਾਹੀਦੇ ਆ ਜਾਂਚ ਕਰਕੇ ਅਤੇ ਇਹ ਨਹੀਂ ਹੋਣਾ ਚਾਹੀਦਾ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖ ਰਹੇ ਸੀਗੇ ਹਰਜੀਤ ਗਰੇਵਾਲ ਜੀ ਨੂੰ ਜਿੱਦਾਂ ਉਹ ਕਹਿੰਦੇ ਨਜ਼ਰ ਆਏ ਕਿ ਵਿਰੋਧ ਇੱਕ ਪਾਸੇ ਹੋ ਰਿਹਾ ਅਤੇ ਅਸੀਂ ਜਿਹੜਾ ਆਪਣਾ ਉਹ ਕੰਮ ਕਰਦੇ ਰਹੋਗੇ ਤੁਸੀਂ ਇੱਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਲ ਟੀ ਵੀ ਪੰਜਾਬੀ।